ਪਵਨ ਦਿਵਾਨ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਹੁਣੇ ਹੀ ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸ ਟਿਕਟ ਲਈ ਅਪਲਾਈ ਕਰਕੇ ਕਾਂਗਰਸ ਭਵਨ ਚ ਆਇਆ ਹਾਂ ਕਿਉਂਕਿ ਮੈਂ 30 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਿਹਾ ਲੁਧਿਆਣੇ ਦੇ ਵਿਚ ਯੂਥ ਕਾਂਗਰਸ ਦਾ ਮੈਂ ਪ੍ਰਧਾਨ ਰਿਹਾ ਲੁਧਿਆਣੇ ਦਾ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂ ਪ੍ਰਧਾਨ ਰਿਹਾ ਇੰਡੀਅਨ ਯੂਥ ਕਾਂਗਰਸ ਦੇ ਵਿਚ ਅਰਬਨ ਡਿਵੈਲਪਮੈਂਟ ਸੈੱਲ ਦਾ ਮੈਂ ਚੇਅਰਮੈਨ ਰਿਹਾ ਇੰਡੀਆ ਦਾ ਬਲਾਕ ਦਾ ਪ੍ਰਧਾਨ ਰਿਹਾ ਤੇ 10 ਸਾਲ ਮੈਂ ਲੁਧਿਆਣੇ ਦੇ ਵਿਚ ਲੋਕ ਸਭਾ ਲਈ ਮਨੀਸ਼ ਤਿਵਾੜੀ ਜੀ ਜੋ ਸਾਡੇ ਸਾਬਕਾ ਕੇਂਦਰੀ ਮੰਤਰੀ ਸੀ ਉਹਨਾਂ ਨਾਲ ਕੰਮ ਕੀਤਾ 5 ਸਾਲ ਅਸੀਂ ਆਪਣਾ ਹਲਕੇ ਦੀ ਸੇਵਾ ਕੀਤੀ ਮਨਿਸਟਰ ਦੇ ਤੌਰ ਤੇ MP ਦੇ ਤੌਰ ਤੇ ਉਹਦੇ ਸਮੇਂ ਨਾਲ ਲੁਧਿਆਣਾ ਦੇ ਵਿਚ ਅਸੀਂ ਬਹੁਤ ਵਿਕਾਸ ਕਰਾਇਆ ਹਰ ਪਿੰਡ ਦੇ ਵਿਚ ਹਰ ਸਾਥੀਆਂ ਨਾਲ ਸਾਡਾ ਵਰਕਰ ਦੇ ਵਿਚ ਬਹੁਤ ਅੱਛਾ ਰਾਬਤਾ ਤੇ ਕਾਂਗਰਸ ਨੂੰ ਹਮੇਸ਼ਾ ਹੀ ਅਸੀਂ ਇੱਕ ਮੁੱਠ ਲੈ ਕੇ ਚੱਲੇ ਹਾਂ ਤੇ ਉਹਨਾਂ ਦਾ ਵੀ ਸਾਡਾ ਮਿਸ਼ਨ ਹੈ ਵੀ ਲੁਧਿਆਣਾ ਜਿਹੜਾ ਲੋਕ ਸਭਾ ਹਲਕਾ ਅਰਬਨ ਹਲਕਾ ਇੱਥੋਂ ਸਾਨੂੰ ਟਿਕਟ ਹਿੰਦੂ ਨੂੰ ਟਿਕਟ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਲੁਧਿਆਣਾ ਲੋਕ ਸਭਾ ਜਿੱਤ ਕੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਨੇ ਹਿੰਦੁਸਤਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਬੁਲਾਇਆ ਜਾ ਸਕੇ।